ਮੂਸੇਵਾਲਾ ਦੇ ਕਾਤਲ ਨੇ ਕਬੂਲ ਕੀਤਾ ਹੈ ਕਿ ਉਸਨੇ ਸਿੱਧੂ ਮੂਸੇਵਾਲਾ ਤੇ ਆਪ ਗੋਲੀਆਂ ਚਲਾਈਆਂ ਆਪ ਫਾਇਰਿੰਗ ਕੀਤੀ ਹੈ ਲਾਰੈਂਸ ਬਿਸ਼ਨੋਈ ਦਾ ਰਿਸ਼ਤੇਦਾਰ ਹੈ ਜਿਸਨੇ ਸਿੱਧੂ ਮੂਸੇਵਾਲਾ ਤੇ ਫਾਇਰਿੰਗ ਕੀਤੀ ਔਰ ਸਚਿਨ ਬਿਸ਼ਨੋਈ ਨਾਂ ਦੇ ਇੱਕ ਸ਼ਖਸ ਨੇ ਇੱਕ ਪੱਤਰਕਾਰ ਨੂੰ ਫੋਨ ਕੀਤਾ ਔਰ ਫੋਨ ਤੇ ਪੂਰੀ ਗੱਲਬਾਤ ਜਿਹੜੀ ਹੋਈ ਹੈ ਉਹ ਰਿਕਾਰਡ ਹੋਈ ਹੈ ਔਰ ਉਸ ਸ਼ਖਸ ਨੇ ਇਹ ਗੱਲ ਕਹੀ ਹੈ ਕਿ ਅਸੀਂ ਬਦਲਾ ਲੈਣਾ ਸੀ ਸਿੱਧੂ ਮੂਸੇਵਾਲਾ ਤੋਂ ਇਹ ਗੱਲ ਉਸ ਸ਼ਖਸ ਨੇ ਜੋ ਸਚਿਨ ਵਿਸ਼ਨੋਈ ਨਾਂ ਦਾ ਸ਼ਖਸ ਹੈ ਜੋ ਕਾਤਲ ਹੈ ਸਿੱਧੂ ਮੂਸੇਵਾਲਾ ਦਾ ਇਹ ਗੱਲ ਕਹੀ ਹੈ ਉਸ ਨੇ ਔਰ ਨਾਲ ਹੀ ਲਾਰੈਂਸ ਵਿਸ਼ਨੋਈ ਦਾ ਕਰੀਬੀ ਰਿਸ਼ਤੇਦਾਰ ਹੈ ਔਰ ਸਚਿਨ ਵਿਸ਼ਨੋਈ ਨਾਂ ਦੇ ਸ਼ਖਸ ਦਾ ਦਾਵਾ ਹੈ ਕਿ ਸਿੱਧੂ ਮੂਸੇਵਾਲਾ ਤੇ ਉਸ ਨੇ ਹੀ ਫਾਇਰਿੰਗ ਕੀਤੀ ਸੀ ਮੂਸੇਵਾਲਾ ਦੇ ਕਤਲ ਕਰਨ ਦਾ ਉਸ ਨੇ ਦਾਵਾ ਕੀਤਾ ਤੇ ਨਾਲ ਹੀ ਉਹਨੇ ਕਿਹਾ ਕਿ ਮੈਂ ਆਪਣੇ ਹੱਥਾਂ ਨਾਲ ਮਾਰਿਆ ਸਿੱਧੂ ਮੂਸੇਵਾਲਾ ਨੂੰ ਇਹ ਸਚਿਨ ਵਿਸ਼ਨੋਈ ਕਹਿੰਦਾ ਤੇ ਨਾਲ ਹੀ ਉਹਨਾਂ ਨੇ ਉਸਨੇ ਇਹ ਵੀ ਕਿਹਾ ਕਿ ਸਾਡੇ ਭਰਾ ਵਿੱਕੀ ਮਿੱਡੂ ਖੇੜਾ ਦੀ ਮੌਤ ਦਾ ਅਸੀਂ ਬਦਲਾ ਲਿਆ ਹੈ ਇਹ ਗੱਲ ਕਹਿੰਦਾ ਹੈ ਸਚਿਨ ਵਿਸ਼ਨੋਈ ਨਾਂ ਦਾ ਸ਼ਖਸ ਜਿਹੜਾ ਕਿ ਇੱਕ ਪੱਤਰਕਾਰ ਨੂੰ ਫੋਨ ਕਰਦਾ ਹੈ ਔਰ ਫੋਨ ਕਰਕੇ ਪੂਰੀ ਗੱਲਬਾਤ ਦੱਸਦਾ ਹੈ ਤਫਸੀਲ ਦੇ ਵਿੱਚ ਕਿ ਆਖਰ ਪੂਰੀ ਘਟਨਾ ਕਿਉਂ ਵਾਪਰੀ ਉਸੇ ਇਹ ਵੀ ਗੱਲ ਕਹੀ ਹੈ ਕਿ ਸਾਡੇ ਕੋਲ ਪਾਲੀਵੁੱਡ ਫਿਲਮਾਂ ਦੇ ਵਿੱਚ ਜਿਸ ਤਰ੍ਹਾਂ ਦੇ ਤੁਸੀਂ ਹਥਿਆਰ ਦੇਖਦੇ ਹੋ ਜਿਸ ਤਰ੍ਹਾਂ ਦੇ ਹਥਿਆਰ ਤੁਸੀਂ ਪਾਲੀਵੁੱਡ ਫਿਲਮਾਂ ਦੇ ਵਿੱਚ ਦੇਖਦੇ ਹੋ ਇਸ ਤਰ੍ਹਾਂ ਦੇ ਹਥਿਆਰ ਨੇ ਸਾਡੇ ਕੋਲ ਇਹ ਗੱਲ ਕਹੀ ਤੇ ਨਾਲ ਹੀ ਜਦੋਂ ਇਹ ਪੁੱਛਿਆ ਗਿਆ ਕਿ ਹਥਿਆਰ ਦਿੱਤੇ ਕਿਸ ਨੇ ਕਹਿੰਦੇ ਇਹ ਗੱਲ ਤਾਂ ਨਹੀਂ ਅਸੀਂ ਦੱਸ ਸਕਦੇ ਇਹ ਗੱਲ ਤਾਂ ਨਹੀਂ ਦੱਸ ਸਕਦੇ ਪਰ ਨਾਲ ਹੀ ਉਸ ਨੇ ਐਂਟੀ ਗੈਂਗਸ ਨੂੰ ਵੀ ਧਮਕੀ ਦਿੱਤੀ ਹੈ ਸਾਫ਼ ਤੌਰ ਤੇ ਖੁੱਲਾ ਚੈਲੰਜ ਵੀ ਉਸ ਨੇ ਕੀਤਾ ਇਹ ਕਿਹਾ ਜਾ ਰਿਹਾ ਹੈ ਕਿ ਉਸ ਨੇ ਗੱਲ ਕਹੀ ਕਿ 2 ਦਿਨਾਂ ਦੇ ਵਿੱਚ ਮਾਰਨ ਦੀ ਧਮਕੀ ਦੇਣ ਵਾਲੇ ਕਿੱਥੇ ਬੈਠੇ ਆ ਉਹ ਵੀ ਅਸੀਂ ਚੁਣ-ਚੁਣ ਕੇ ਮਾਰਨੇ ਇਸ ਤਰ੍ਹਾਂ ਦੀਆਂ ਧਮਕੀਆਂ ਯਾਨੀ ਕਿ ਪੰਜਾਬ ਆਉਣ ਵਾਲੇ ਦਿਨਾਂ ਦੇ ਵਿੱਚ ਗੈਂਗਲੈਂਡ ਬਣੇਗਾ ਕੀ ਬਣੇਗਾ ਪੰਜਾਬ ਦਾ ਸਾਡੇ ਪੰਜਾਬ ਦੇ ਨੌਜਵਾਨ ਨੂੰ ਤੁਸੀਂ ਆਪਸ ਦੇ ਵਿੱਚ ਮਿਲ ਬੈਠ ਕੇ ਮਸਲੇ ਸੁਲਝ ਸਕਦੇ ਆ ਕਿਸੇ ਦਾ ਈਗੋ ਦਾ ਜਿਹੜਾ ਇਸ਼ੂ ਹੈ ਜਾਂ ਕੋਈ ਹੋਰ ਇਸ਼ੂ ਹੈ ਤਾਂ ਉਹ ਮਿਲ ਜੁਲ ਕੇ ਜਿਹੜੇ ਆ ਮਸਲੇ ਤੁਹਾਡੇ ਸੌਟ ਆਊਟ ਹੋ ਸਕਦੇ ਆ ਇਸ ਤਰ੍ਹਾਂ ਦੀਆਂ ਗੱਲਾਂ ਲੋਕ ਆਮ ਕਰਨ ਲੱਗੇ ਹੁਣ ਕਿਉਂਕਿ ਲੋਕ ਕਹਿੰਦੇ ਕਿ ਗੈਂਗਸਟਰ ਕਲਚਰ ਸਾਨੂੰ ਨਹੀਂ ਚਾਹੀਦਾ ਪੰਜਾਬ ਸਰਕਾਰ ਤੋਂ ਅਪੀਲ ਕੀਤੀ ਜਾ ਰਹੀ ਹੈ ਕਿ ਸਿੱਧੂ ਮੂਸੇਵਾਲਾ ਕਤਲ ਦੇ ਵਿੱਚ ਜਿਹੜੇ ਵੀ ਕਾਤਲ ਨੇ ਔਰ ਉਹਨਾਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇ ਤੇ ਠੋਸ ਸਜ਼ਾ ਉਹਨਾਂ ਨੂੰ ਮਿਲਣੀ ਚਾਹੀਦੀ ਆ ਪੂਰਾ ਪੰਜਾਬ ਰੋਂਦਾ ਹੋਇਆ ਨਜ਼ਰ ਆ ਰਿਹਾ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਤਾਂ ਸਿੱਧੂ ਮੂਸੇਵਾਲਾ ਕਤਲ ਨਾਲ ਜੁੜੀ ਹੋਈ ਵੱਡੀ ਖਬਰ ਹੈ ਕਿ ਸਿੱਧੂ ਮੂਸੇਵਾਲਾ ਦੇ ਸਾਥੀਆਂ ਨੇ ਜਿਸ ਤਰੀਕੇ ਨਾਲ ਕੱਲ ਦੱਸਿਆ ਸੀ ਕਿ ਕਿਵੇਂ ਫਾਇਰਿੰਗ ਕੀਤੀ ਗਈ ਹੈ ਕਹਿੰਦੇ ਜਦੋਂ ਫਾਇਰ ਹੋਇਆ ਤਾਂ ਗੱਡੀ ਦੇ ਵਿੱਚ ਧੂਆਂ ਹੀ ਧੂਆਂ ਹੋ ਗਿਆ ਸੀ ਪੋਸਟਮਾਰਟਮ ਰਿਪੋਰਟ ਵੀ ਸਿੱਧੂ ਦੀ ਆਈ ਹੈ ਜਿਸ ਦੇ ਵਿੱਚ ਇੰਜਰੀਜ਼ ਦੇ ਬਾਰੇ ਪੂਰੀ ਜਾਣਕਾਰੀ ਹੈ ਕਿ ਕਿਸ ਤਰੀਕੇ ਦੇ ਨਾਲ ਜੋ ਬੁਲਟ ਵੱਜੇ ਔਰ ਇੰਜਰੀ ਹੋਈਆਂ ਸੱਜੇ ਪਾਸੇ ਦੀਆਂ ਜਿਹੜੀਆਂ ਪਸਲੀਆਂ ਨੇ ਸ਼ੁਭਦੀਪ ਸਿੱਧੂ ਮੂਸੇਵਾਲਾ ਦੀਆਂ ਉਹ ਪਸਲੀਆਂ ਵੀ ਟੁੱਟ ਗਈਆਂ ਸੀ ਕਿਉਂਕਿ ਜੋ ਫਾਇਰਿੰਗ ਕੀਤੀ ਗਈ ਉਹ ਬਹੁਤ ਜ਼ਬਰਦਸਤ ਖਤਰਨਾਕ ਹਥਿਆਰਾਂ ਦੇ ਨਾਲ ਫਾਇਰਿੰਗ ਕੀਤੀ ਗਈ ਸੀ ਔਰ ਉਹ ਹਥਿਆਰ ਦੇ ਬਾਰੇ ਵੀ ਗੈਂਗਸਟਰ ਨੇ ਕਿਹਾ ਕਿ ਸਾਡੇ ਕੋਲ ਵੱਡੇ ਵੱਡੇ ਖਤਰਨਾਕ ਹਥਿਆਰ ਨੇ ਔਰ ਸਾਨੂੰ ਕਿਸੇ ਦਾ ਡਰ ਨਹੀਂ ਹੈ ਇਹ ਗੱਲ ਵੀ ਉਸਨੇ ਕਹੀ ਹੈ ਤੇ ਨਾਲ ਹੀ ਕਿਹਾ ਕਿ ਇਹ ਤਾਂ ਇੱਕ ਬਦਲਾ ਸੀ ਅਸੀਂ ਬਦਲਾ ਲੈਣਾ ਸੀ ਮੂਸੇ ਵਾਲੇ ਤੋਂ ਉਹ ਬਦਲਾ ਅਸੀਂ ਲਿਆ ਹੈ ਔਰ ਇਹ ਹੀ ਗੱਲ ਸੋਸ਼ਲ ਮੀਡੀਆ ਤੇ ਪੋਸਟਾਂ ਪਾ ਪਾ ਕੇ ਵੀ ਬਦਮਾਸ਼ ਕਹਿ ਰਹੇ ਆ ਪਰ ਸੋਸ਼ਲ ਮੀਡੀਆ ਦੀਆਂ ਪੋਸਟਾਂ ਤੇ ਕਿੰਨਾ ਕਿ ਪੋਸਟਾਂ ਕਿੰਨੇ ਆ ਸੱਚੀਆਂ ਨੇ ਇਹ ਤਾਂ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ ਜਦੋਂ ਲਾਰੈਂਸ ਮਿਸ਼ਨੂਈ ਜਾਂ ਫਿਰ ਹੋਰ ਗੈਂਗਸਟਰ ਜਿਨ੍ਹਾਂ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆਂਦਾ ਜਾਏਗਾ ਜਾਂ ਉਹਨਾਂ ਦੀ ਗ੍ਰਿਫਤਾਰੀ ਹੋਏਗੀ ਫਿਰ ਪਤਾ ਲੱਗੇਗਾ ਕਿ ਉਹ ਪੋਸਟਾਂ ਕਿੰਨੀਆਂ ਸੱਚੀਆਂ ਨੇ ਪਰ ਇੱਕ ਸ਼ਖਸ ਨੇ ਕਬੂਲ ਕਰਿਆ ਹੈ ਕਿ ਉਸਨੇ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਹੈ ਤੇ ਅਜੇ ਵੀ ਉਹ ਸ਼ਖਸ ਜਿਹੜਾ ਹੈ ਪੁਲਿਸ ਦੀ ਗ੍ਰਫਤ ਤੋਂ ਬਾਹਰ ਹੈ ਪੁਲਿਸ ਗ੍ਰਿਫਤਾਰ ਨਹੀਂ ਕਰ ਸਕੀ ਔਰ ਉਸ ਸ਼ਖਸ ਨੇ ਦਾਅਵਾ ਕੀਤਾ ਹੈ ਕਿ ਉਸਨੇ ਆਪ ਖੜ ਕੇ ਮੂਸੇਵਾਲਾ ਦੇ ਉੱਪਰ ਗੋਲੀਆਂ ਚਲਾਈਆਂ ਨੇ ਸਚਨ ਵਿਸ਼ਨੋਈ ਨਾਲ ਆਪਣਾ ਦੱਸਿਆ ਉਸ ਸ਼ਖਸ ਨੇ ਔਰ ਲਾਰੈਂਸ ਵਿਸ਼ਨੋਈ ਦਾ ਰਿਸ਼ਤੇਦਾਰ ਹੈ ਪਾਣਜਾ ਦੱਸਿਆ ਜਾ ਰਿਹਾ ਹੈ ਲਾਰੈਂਸ ਵਿਸ਼ਨੋਈ ਦਾ ਔਰ ਲਾਰੈਂਸ ਬਿਸ਼ਨੋਈ ਨੇ ਜਿਸ ਤਰੀਕੇ ਨਾਲ ਜ਼ਿੰਮੇਵਾਰੀ ਲਈ ਸੋਸ਼ਲ ਮੀਡੀਆ ਤੇ ਲਾਰੈਂਸ ਬਿਸ਼ਨੋਈ ਦਾ ਦਰਸਨ ਵਿੱਕੀ ਮਿੱਡੂ ਖੇੜਾ ਦੇ ਨਾਲ ਬਹੁਤ ਨੇੜਲਾ ਸਾਥੀ ਸੀ ਲਾਰੈਂਸ ਬਿਸ਼ਨੋਈ ਦਾ ਵਿੱਕੀ ਮਿੱਡੂ ਖੇੜਾ ਔਰ ਵਿੱਕੀ ਮਿੱਡੂ ਖੇੜਾ ਦੀ ਮੌਤ ਤੋਂ ਬਾਅਦ ਹੀ ਕਿਹਾ ਜਾ ਰਿਹਾ ਸੀ ਕਿ ਮੂਸੇ ਵਾਲਾ ਇਹਨਾਂ ਸਾਰਿਆਂ ਦੇ ਰਡਾਰ ਤੇ ਸੀ ਪਿਛਲੇ ਮਹੀਨੇ ਸ਼ਾਹਰੁਖ ਨਾਂ ਦਾ ਇੱਕ ਸ਼ਖਸ ਜਿਹੜਾ ਫੜਿਆ ਜਾਂਦਾ ਉਸਨੇ ਵੀ ਕਿਹਾ ਦੱਸਿਆ ਉਸਨੇ ਕਿ ਕਿਸ ਤਰੀਕੇ ਨਾਲ ਉਸਨੇ ਰੈਕੀ ਕੀਤੀ ਪਰ ਉਸ ਤੋਂ ਬਾਅਦ ਹੁਣ ਮੂਸੇ ਵਾਲਾ ਦੇ ਕਾਤਲ ਨੇ ਇੱਕ ਪੱਤਰਕਾਰ ਨੂੰ ਫੋਨ ਕਰਕੇ ਕਬੂਲ ਕੀਤਾ ਕਿ ਜਿਸ ਤਰੀਕੇ ਦੇ ਨਾਲ ਇਹ ਫਾਇਰਿੰਗ ਹੋਈ ਹੈ ਇਹ ਫਾਇਰਿੰਗ ਉਸਨੇ ਕੀਤੀ ਹੈ ਔਰ ਮੂਸੇ ਵਾਲਾ ਨੂੰ ਉਸਨੇ ਖੁਦ ਆਪਣੇ ਹੱਥੀ ਮਾਰਿਆ ਸੋ ਉਮੀਦ ਕਰਦੇ ਹਾਂ ਕਿ ਕਦੋਂ ਤੱਕ ਪੁਲਿਸ ਇਨਾਂ ਕਾਤਲਾਂ ਨੂੰ ਗ੍ਰਿਫਤਾਰ ਕਰਦੀ ਹੈ ਇਹ ਦੇਖਣਾ ਹੋਵੇਗਾ